ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗੱਲ ਇੱਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਨਸ਼ੇਰ ਸਿੰਘ ਸੈਰੀਕਲਸ਼ੀ ਲਈ ਕੀਤਾ ਚੋਣ ਪ੍ਰਚਾਰ, ਵਿਰੋਧੀ ਧਿਰਾਂ ਤੇ ਸਾਧੇ ਨਿਸ਼ਾਨੇ। ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਚੋਣ ਪ੍ਰਚਾਰ ਜਾਰੀ, ਕਿਹਾ ਪੰਜਾਬ ਸਰਕਾਰ ਨੇ 2 ਸਾਲ ਵਿੱਚ ਕਰਵਾਈ ਮਿਸਾਲੀ ਕਾਰਜ। ਅਟਾਰੀ ਵਾਹਗਾ ਸਰਹੱਦ ਉੱਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਦਾ ਬਦਲਿਆ ਸਮਾਂ, 5:30 ਦੀ ਥਾਂ ਹੁਣ ਸ਼ਾਮ ਨੂੰ 6 ਵਜੇ ਹੋਵੇਗੀ ਰਿਟਰੀਟ ਸੈਰੇਮਨੀ, ਮੌਸਮੀ ਤਬਦੀਲੀ ਕਾਰਨ ਲਿਆ ਗਿਆ ਫੈਸਲਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਨਸ਼ੇਰ ਸਿੰਘ ਸੈਰੀਕਲਸ਼ੀ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਕਾਦੀਆਂ ਵਿੱਚ ਲੋਕਾਂ ਨਾਲ ਲੋਕ ਮਿਲਣੀ ਕੀਤੀ ਅਤੇ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਵਿਰੋਧੀਆਂ ਉੱਤੇ ਧੰਜ ਕਸੇ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਵੀਰੋ, ਕੋਈ ਨਿੰਦਿਆ ਚੁਗਲੀ ਨਹੀਂ ਕਰਨ ਆਇਆ ਮੈਂ ਇੱਥੇ ਕਿਸੇ ਦੀ। ਮੈਂ ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਆਪਾਂ ਇਦੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖੀਆਂ ਪਰ ਸਾਡੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ। ਤੁਸੀਂ ਦੇਖ ਲਓ, ਜਦੋਂ ਪੋਸਟਰ ਛਾਪਿਆ ਜਾਂਦਾ ਚੋਣਾਂ ਦਾ ਤਾਂ ਉਹਦੇ 'ਤੇ ਲਿਖਿਆ ਹੁੰਦਾ ਉਮੀਦਵਾਰ, ਮਤਲਬ ਜੀ ਤੋਂ ਤੁਸੀਂ ਉਮੀਦ ਰੱਖਣੀ ਹੈ ਕਿ ਸਾਡੀ ਇਹ ਉਮੀਦ ਪੂਰੀ ਕਰੂਗਾ। ਤੋ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਤੁਹਾਡੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ, ਆਪਣੇ ਪਰਿਵਾਰਾਂ ਦੀਆਂ ਜ਼ਰੂਰ ਕਰ ਲਈਆਂ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਜ਼ਰੂਰ ਕਰ ਲਈਆਂ। ਤੁਹਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ, 5 ਸਾਲ ਇੱਧਰ ਹੱਕ ਲਓ, 5 ਸਾਲ ਇੱਧਰ ਹੱਕ ਲਓ, ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੇਰੇ ਨਾਲ ਇੱਧਰ ਆਓ, ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੇਰੇ ਨਾਲ ਇੱਧਰ ਆਓ, ਹੁਣ ਮੈਂ ਆਹ ਬਣ ਗਿਆ ਜੀ ਮੇਰੇ ਪੋਸਟਰ ਲਾਓ, ਹੁਣ ਮੈਂ ਉਹ ਬਣ ਗਿਆ ਜੀ 10 ਬੱਸਾਂ ਭਰ ਕੇ ਲਿਆਓ। ਲੋਕਾਂ ਨੂੰ ਤਾਂ ਖਰਚੇ ਦਾ ਘਰ ਹੀ ਹੁੰਦੇ ਨੇ ਇਹ ਸਾਰੇ, ਕਿੱਥੋਂ ਭਰਨ ਬੱਸਾਂ। ਚਲੋ ਜੇ ਮਿਹਨਤੀ ਕੁਛ ਵਲੰਟੀਅਰ ਹੁੰਦੇ ਨੇ, ਉਮੀਦ ਹੁੰਦੀ ਆ ਉਹਨਾਂ ਨੂੰ ਵੀ, ਕੋਈ ਗੱਲ ਨਹੀਂ। ਜਿੱਦੇ ਕਿਤੇ ਛਾਂ ਹੁਣ ਧੁੱਪੇ ਹਾਂ, ਜਿੱਦੇ ਕਿਤੇ ਛਾਂ ਆਈ ਤਾਂ ਸਾਨੂੰ ਵੀ ਛਾਵੇਂ ਜਾਣ ਦਾ ਮੌਕਾ ਮਿਲੂ ਨਾ, ਕੰਮ ਕਰਾਉਣ ਨੂੰ, ਬੱਸਾਂ ਭਰਾਉਣ ਨੂੰ, ਨਾਰੇ ਲਵਾਉਣ ਨੂੰ ਵਲੰਟੀਅਰ ਅਤੇ ਵਰਕਰ। ਅਤੇ ਜਦੋਂ ਛਾਵੇਂ ਜਾਣ ਦਾ ਟਾਈਮ ਆਉਂਦਾ ਉਦੋਂ ਸਾਡੇ ਪੁੱਤ ਭਤੀਜੇ ਸਾਲੇ ਜੀਜੇ ਆਪਦੇ ਹੀ ਰਿਸ਼ਤੇਦਾਰ ਸਾਰੇ, ਬਸ ਉਦੋਂ ਨਹੀਂ ਕੋਈ। ਇਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟੇ ਆ। ਜਦੋਂ 1.5 ਕਰੋੜ ਦੀਆਂ ਗੱਡੀਆਂ ਜਾਂਦੇ ਆ ਤਾਂ ਉਮੀਦਵਾਰ 1.5 ਕਰੋੜ ਦੀ ਗੱਡੀ ਜਦੋਂ ਜਾਂਦੇ ਆ ਤੁਹਾਡੇ MLA, ਤੁਹਾਡੇ LOP, ਤਾਂ ਜਿਹੜੇ ਲੋਕ ਨੇ ਵਰਕਰ ਵਲੰਟੀਅਰ ਨੂੰ ਕਹਿੰਦੇ ਯਾਰ ਸਾਡਾ ਕੀ ਕਸੂਰ ਹੈ, ਅਸੀਂ ਸਾਈਕਲ ਸਕੂਟਰ 'ਤੇ ਫਿਰਦੇ ਹਾਂ, ਇਹ ਸਾਡੇ ਕਰਕੇ ਆਪ ਇਹ 1.5 ਕਰੋੜ ਦੀਆਂ ਗੱਡੀਆਂ 'ਤੇ ਫਿਰਦੇ ਨੇ। ਵੀਰੋ, ਫਿਰ ਜਦੋਂ ਹਾਰ ਜਾਂਦੇ ਨੇ ਫਿਰ ਇਹ ਦੂਜਿਆਂ 'ਚ ਨੁਕਸ ਕੱਢਦੇ ਆ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ, ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ 'ਚ,
ਮੈਂ ਕਿਹਾ ਮੋਬਾਈਲ ਠੀਕ ਕਰਨ ਵਾਲੇ ਨਹੀਂ ਆਏ, ਇਕੱਲੇ ਦਿਮਾਗ ਠੀਕ ਕਰਨ ਵਾਲੇ ਵੀ ਆਏ ਨੇ। ਇਹ ਭਗਵੰਤ ਮਾਨ ਤਾਂ 400-500 ਰੁਪਈਆ ਲੈ ਕੇ ਦਿਹਾੜੀ 'ਤੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ, ਅਤੇ ਵੀ ਆਪਣੀ ਕਲਾ ਨਾਲ ਆਪਣੀ ਕਿਰਤ ਨਾਲ ਕਾਮਯਾਬ ਹੋਣਾ ਕੋਈ ਮਾੜੀ ਗੱਲ ਹੈ ਜੀ? ਉੱਥੋਂ ਉੱਠ ਕੇ ਆਏ ਪਿੰਡਾਂ 'ਚੋਂ ਆਪਣੀ ਕਲਾ ਨਾਲ, ਰੱਬ ਨੇ ਜੋ ਦਾਤ ਬਖਸ਼ੀ ਥੋੜ੍ਹੀ ਬਹੁਤ ਉਹਦੇ ਨਾਲ ਪੂਰੀ ਦੁਨੀਆ 'ਚ ਮਸ਼ਹੂਰੀ ਖੱਟੀ, ਇਹ ਮਾੜੀ ਗੱਲ ਹੈ ਜੀ? ਕੋਈ ਮੋਬਾਈਲ ਫੋਨਾਂ ਦੀ ਰਿਪੇਅਰ ਦੀ ਦੁਕਾਨ ਕਰਨੀ ਮਾੜੀ ਗੱਲ ਹੈ ਜੀ? ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹੋ ਜਿਹਾ ਮਟੀਰੀਅਲ, ਅਤੇ ਦੂਜਾ ਸੁਖਬੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ। ਅਸੀਂ ਕਿਹਾ ਕੀਤੇ ਕੀ ਨੇ ਆ ਭਾਈ, ਤੁਸੀਂ ਕੀਤਾ ਮਲੰਗ ਸਾਨੂੰ, ਆਪ ਤੁਸੀਂ ਰਜਵਾੜੇ ਹੋ ਗਏ, ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ, ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ, ਉਹ 'ਚੋਂ ਤਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਖੇਤ ਨੂੰ ਜਾਂਦੀ ਹੈ, ਅਤੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ। ਫਿਰ ਆਹ ਇਹਨਾਂ ਦੀ ਬੋਲੀ ਹੈ ਵੀਰੋ, ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾ ਤਾ ਨਾ ਜੀ, ਕਹਿੰਦੇ ਐਂ ਕਿਵੇਂ ਆ ਗਿਆ, ਅਸੀਂ ਜਿੱਤਦੇ ਹੁੰਦੇ ਹਾਂ। ਫਿਰ ਮੈਂ ਕਹਿਤਾ ਸੀ, ਮੈਂ ਕਿਹਾ ਮਿਸਟਰ ਬਾਜਵਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ, ਹੁਣ ਮੈਂ ਕੀ ਕਰਾਂ ਬਈ, ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਤੀ, ਮੇਰਾ ਕੀ ਕਸੂਰ ਹੈ ਚ ਬਈ? ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ, ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ, ਡਰ ਲੱਗਦਾ ਤਾਂ ਨੀਲੀ ਛਤਰੀ ਵਾਲੇ ਤੋਂ ਡਰ ਲੱਗਦਾ, ਬਸ ਉਹਦੀ ਛਤਰ ਛਾਇਆ ਥੱਲੇ ਆ। ਸੋ ਇਹ ਰੋਜ਼ ਡਰਦੇ ਆ, ਇਹ ਕਦੇ ਆਪਦੇ ਬੌਸ ਤੋਂ ਡਰਦੇ ਆ, ਕਦੇ ਇਹਨਾਂ ਦਾ ਕੋਈ ਪੁੱਛਦਾ ਹੈ ਨਹੀਂ, ਮੈਂ ਦੇਖਿਆ ਹੋਇਆ ਇਹਨਾਂ ਸਿਸਟਮ, ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ, ਠੀਕ ਆ, ਊਂ ਤੁਰੇ ਫਿਰਦੇ ਰਹਿੰਦੇ, ਇੱਧਰ ਨੂੰ ਲੰਘ ਗਏ ਇੱਧਰ ਨੂੰ ਲੰਘ ਗਏ। ਸੋ ਵੀਰੋ ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ, ਉੱਥੋਂ ਵਾਲਾ ਚੱਕ ਕੇ ਬਠਿੰਡੇ ਵਾਲਾ ਚੱਕ ਕੇ ਲੁਧਿਆਣੇ ਮਾਰਿਆ, ਸੰਗਰੂਰ ਵਾਲਾ ਚੱਕ ਕੇ ਅਨੰਦਪੁਰ ਸਾਹਿਬ ਮਾਰਿਆ, ਖਡੂਰ ਸਾਹਿਬ ਵਾਲਾ ਚੱਕ ਕੇ ਸੰਗਰੂਰ ਮਾਰਿਆ, ਇਹਨੂੰ ਆਪਸ 'ਚ ਨਹੀਂ ਪਤਾ ਲੱਗਦਾ ਕਿੱਧਰੋਂ ਕਿਹਨੂੰ ਕੀ ਕਰੀਏ। ਬਈ ਲੋਕਲ ਬੰਦੇ ਆ, ਦੇਖੋ ਹੁਣ ਸ਼ਹਿਰੀ ਕਲਸੀ ਤੁਹਾਡਾ ਆਪਣਾ ਜਵਾਕ ਹੈ, ਤੁਹਾਡਾ ਆਪਣਾ ਪੁੱਤ ਹੈ, ਜਦੋਂ ਮਰਜ਼ੀ ਜਾ ਕੇ ਘਰੇ ਕੰਮ ਕਰਾ ਲਿਓ। ਇਦੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰੀਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ, ਮੇਰੀ ਗੱਲ ਮੰਨ ਲਓ, ਮੇਰੇ 32 ਦੰਦ ਨੇ, ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ, ਆ ਸਹੀ ਕਰਨ ਦਾ ਮੌਕਾ ਹੈ। ਨਹੀਂ ਤੁਹਾਡੇ ਬਾਰੇ ਐਂ ਕਹਿਣ ਲੱਗ ਗਏ ਗੁਰਦਾਸਪੁਰੀਆਂ ਦਾ ਕੀ ਹੈ, ਜਿਹੜਾ ਮਰਜ਼ੀ ਖੜਾ ਕਰ ਦਿਉ ਵੋਟਾਂ ਪਾਈ ਦਿੰਦੇ ਨੇ। ਇਦੋਂ ਪਹਿਲਾਂ ਆਪਾਂ ਬੋਂਬੇ ਵਾਲਾ ਇੱਕ ਪਹਿਲਾਂ ਵਿਨੋਦ ਖੰਨਾ ਲੈ ਲਿਆ ਸੀ, ਉਦੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ, ਉਹਨੇ ਪਤੰਦਰ ਨੇ ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ, ਇੱਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ 'ਚ ਜਾਂ ਕੋਈ ਕਿਤੇ ਨਾਕਾ ਨਲਕਾ ਲਵਾਇਆ ਹੋਵੇ। ਸੋ ਹੁਣ ਮੌਕਾ ਹੈ, ਆਪਦੇ ਜਵਾਕ ਨੂੰ ਵੋਟਾਂ ਪਾਓ, ਮੇਰੀ ਹੱਥ ਬੰਨ ਕੇ ਬੇਨਤੀ ਹੈ, ਆਪਦੇ ਲੋਕਲ ਜਵਾਕ ਨੂੰ ਵੋਟਾਂ ਪਾਓ, ਤਾਂ ਕਿ ਉਹ ਜਿਹਨੇ ਤੁਹਾਡੇ ਵਰਗੀ ਜ਼ਿੰਦਗੀ ਤੁਹਾਡੇ ਵਰਗੀ ਗਰੀਬੀ ਹੰਢਾਈ ਹੋਈ ਆ ਉਹਨੂੰ ਵੋਟਾਂ ਪਾਓ, ਜਿਹਦੇ ਪਿੰਡੇ 'ਤੇ ਪਤਾ ਉਹਨੂੰ ਕਿਆ ਇੰਨਾ ਬੁਰਾ ਹਾਲ ਹੈ ਇੱਥੇ, ਜਿਹੜਾ ਇਕੱਲੀ ਇਕੱਲੀ ਗਲੀ ਜਾਣਦਾ, ਜਿਹੜਾ ਇਕੱਲਾ ਇਕੱਲਾ ਸੀਵਰੇਜ ਦਾ ਢੱਕਣ ਜਾਣਦਾ, ਉਹਨੂੰ ਵੋਟਾਂ ਪਾਓ। ਆਪਾਂ ਨੇ ਕੀ ਲੈਣਾ ਉਹਨਾਂ ਤੋਂ, ਬੰਬੇ ਵਾਲਿਆਂ ਤੋਂ?
ਸੋ ਵੀਰੋ ਮੈਂ ਵੀ ਕਲਾਕਾਰ ਸੀ, ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ 'ਚ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫਿਰ ਕਰੀ ਜਾਵਾਂ, ਨਾ। ਇਹ ਜਿਹੜੀ ਰਾਜਨੀਤੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ। ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜਾਵੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਜੀ, ਜ਼ਰੂਰੀ ਸਾਨੂੰ ਡਾਕਟਰ 'ਚ ਉੱਥੇ ਹਸਪਤਾਲ ਦਾਖਲ ਕਰਾਓ। ਇਹ ਤਾਂ ਸੇਵਾ ਹੈ ਜੀ ਪੰਜਾਬ ਦੇ ਔਰ ਲੋਕ ਸਭਾ ਗੁਰਦਾਸਪੁਰ ਦੇ ਲੋਕ, ਕਿਉਂਕਿ ਪੁਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾਲ ਵੇਖ ਲਿਆ, ਇਹਨਾਂ ਦੀਆਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੋਹਾਂ ਖਾਣੀਆਂ, ਉਸ ਤੋਂ ਬਾਅਦ ਉਹਨਾਂ ਗੱਲਾਂ 'ਤੇ ਪੂਰੇ ਦੇ ਉਤਰਨਾ, ਅੱਜ ਤੁਹਾਡੇ ਆਪ ਜੀ ਦੇ ਸਾਰਿਆਂ ਸਾਹਮਣੇ ਮੈਂ 2 ਸਾਲਾਂ ਦੇ ਕੀਤੇ ਹੋਏ ਕੰਮ ਜਿਹੜੇ ਗਣਾ ਕੇ ਦੱਸੇ, ਹਾਲੇ ਕੁਝ ਗਣਾਏ ਕੁਝ ਰਹਿੰਦੇ ਨੇ, ਇਹ ਕੀ ਲੈ ਕੇ ਜਾਣਗੇ ਲੋਕਾਂ 'ਚ ਕੀ ਕੀਤਾ? ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਰਫ ਨੁਕਤਾ ਚੀਨੀ ਤੋਂ ਸਵਾਏ ਹੋਰ ਕੁਛ ਹੈ ਨਹੀਂ ਉਹਨਾਂ ਕੋਲ। ਅਸੀਂ ਤੇ ਕਹਿੰਦੇ ਹਾਂ ਵੀ ਕੰਮ ਦੀ ਗੱਲ ਕਰੋ, ਹੁਣ ਕਾਦੀਆਂ ਵਿਖੇ ਮੁਹੱਲਾ ਕਲੀਨਿਕ ਖੋਲ ਕੇ ਦਿੱਤਾ ਹੈ, ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ। ਸੋ ਮੈਂ ਰਹਿਣੀ ਹਾਂ ਸਦਾ, ਔਰ ਮੈਨੂੰ ਮਾਣ ਵੀ ਆ ਵੀ ਇਹ ਜਿਹੜੇ ਆਪਣੇ ਕਹਿ ਸਕਦੇ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ, ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ, ਚਾਹੇ ਮੁਹੱਲਾ ਕਲੀਨਿਕ ਕਰਕੇ ਹੋ ਰਿਹਾ, ਹੁਣ ਸਕੂਲ ਆਫ ਐਮੀਨੈਂਸ ਪਾ ਦਿੰਦੇ ਆਮ ਜਨਤਾ ਦਾ। ਇਹ ਪਹਿਲੀ ਸਰਕਾਰ ਹੈ ਜਿਹਨੇ ਫਾਇਦਾ ਕੀਤਾ। ਤੁਹਾਨੂੰ ਮੈਂ ਦੱਸ ਦਿਆਂ, ਮੈਨੂੰ ਤਾਂ ਕਈ ਅਕਾਲੀ ਕਾਂਗਰਸੀ ਬੀਜੇਪੀ ਵਾਲੇ ਕੰਨ 'ਚ ਕਹਿ ਜਾਂਦੇ ਨੇ ਯਾਰ ਪਰਵਾਹ ਨਾ ਕਰ, ਐਰ ਕੀ ਝਾੜੂ ਫਿਰ ਗਿਆ। ਦੇਖੋ 45 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਇਕੱਠ ਜਿਹੜਾ ਇਹ ਬਿਆਨ ਕਰਦਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਜਿੱਤ ਦਰਜ ਕਰ ਰਹੀ ਆ, ਔਰ ਮਾਨ ਸਾਹਿਬ ਵੀ ਅੱਜ ਬਹੁਤ ਖੁਸ਼ ਗਏ ਨੇ ਇੱਥੋਂ, ਕਿਉਂਕਿ ਬੜੀ ਅੱਛੀ ਗੈਦਰਿੰਗ ਸੀ ਇੰਨੀ ਗਰਮੀ ਦੇ ਬਾਵਜੂਦ ਵੀ ਇੰਨਾ, ਔਰ ਕਈ ਘੰਟਿਆਂ ਬੱਧੀ ਲੋਕਾਂ ਨੇ ਵੇਟ ਕਰਕੇ ਮਾਨ ਸਾਹਿਬ ਦੇ ਵਿਚਾਰ ਸੁਣੇ ਆ। ਸੋ ਬਹੁਤ ਹੀ ਵਧੀਆ, ਅੱਜ ਲੋਕ ਸਭਾ ਗੁਰਦਾਸਪੁਰ ਨੂੰ ਬਹੁਤ ਵੱਡਾ ਹੁਲਾਰਾ ਜਿਹੜਾ ਵਾ ਇਲੈਕਸ਼ਨ ਨੂੰ ਮਿਲਿਆ ਮਾਨ ਸਾਹਿਬ ਦੀ ਆਮਦ ਦੇ ਨਾਲ। ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਹਲਕਾ ਤਲਵੰਡੀ ਸਾਬੋ ਵਿੱਚ ਵੱਖ ਵੱਖ ਥਾਵਾਂ 'ਤੇ ਜਨ ਸਭਾਵਾਂ ਕੀਤੀਆਂ ਗਈਆਂ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਖੁੱਡੀਆਂ ਨੇ ਉਹਨਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਪੰਜਾਬ ਵਿੱਚ 2 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਕਾਰਜ ਕਰਵਾਏ ਨੇ। ਇਸ ਮੌਕੇ ਉਹਨਾਂ ਹਰਸਿਮਰਤ ਕੌਰ ਬਾਦਲ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ। ਬਣਦੀ ਗ੍ਰਾਂਟ ਆ ਜਿਹੜੀ 75 ਕਰੋੜ ਬਣ ਗਈ ਬੀਬੀ ਵੱਲੋਂ, ਜੇ ਇੱਥੇ ਲਾਈ ਹੁੰਦੀ ਤਾਂ ਉਹ ਦਿਸਣੀ ਚਾਹੀਦੀ ਸੀ, ਬਹੁਤ ਵੱਡੀ ਰਕਮ ਹੈ। 5 ਕਰੋੜ 1 ਸਾਲ ਦਾ ਉਹਦਾ, 1-1 ਰੁਪਈਆ ਤੁਹਾਡੇ ਇਹਨਾਂ ਨਗਰਾਂ ਨੇ। ਅੱਜ ਜਿਵੇਂ ਕਈ ਮੰਗਾਂ ਦੱਸੀਆਂ ਗਈਆਂ ਪੀਣ ਵਾਲੇ ਪਾਣੀ ਦੀ, ਛੋਟੇ ਛੋਟੇ ਕੰਮ ਹੈ, ਜਾਂ ਕੋਈ ਹੋਰ ਜਿਹੜੇ 2-3 ਸੜਕਾਂ ਦੀ ਗੱਲ ਸੀ ਭਰਾਓ, ਸੜਕਾਂ ਜਦੋਂ ਮੈਂ ਮੰਤਰੀ ਬਣਿਆ ਸੀ ਤੇ ਸਾਰਾ ਦੇਖਿਆ ਗਿਆ ਸੀ ਵੀ ਸੜਕਾਂ ਨੂੰ ਕੀ ਕੁਛ ਚਾਹੀਦਾ, ਤੇ 2100 ਕਰੋੜ ਰੁਪਈਏ ਦਾ ਬਜਟ ਬਣਿਆ ਸੀ ਸਾਰੀਆਂ ਸੜਕਾਂ ਦੀ ਰਿਪੇਅਰ, ਚੌੜੀਆਂ ਕਰਨੀਆਂ, ਔਰ ਕੁਛ ਨਵੀਆਂ ਵੀ ਸੀ, ਕੁਛ ਮੰਡੀਆਂ ਸੀ, ਮੰਡੀਆਂ ਦੇ ਫਰਸ਼ ਸੀ। ਪਰ ਸਾਡਾ ਜਿਹੜਾ ਫੰਡ ਆ ਉਹ ਸੈਂਟਰ ਦੀ ਸਰਕਾਰ ਨੇ ਰੋਕ ਛੱਡਿਆ, ਇਹ MPਆਂ ਦੀ ਬਦੌਲਤ ਬੋਲੇ ਨਹੀਂ, 5700 ਕਰੋੜ ਰੁਪਈਆ ਪਿਆ ਤੇ 2100 ਕਰੋੜ ਨਾਲ ਬਹੁਤ ਮਸਲੇ ਹੱਲ ਹੁੰਦੇ ਸੀ। ਉਹ ਫੰਡ ਜਿਹੜਾ ਤੁਹਾਡੇ 'ਚੋਂ ਕਿਸੇ ਦਾ ਕੋਈ ਖੇਤੀ ਕਰਦੇ ਨਾਲ ਹਾਦਸਾ ਵਾਪਰ ਜਾਂਦਾ, ਨੁਕਸਾਨ ਹੁੰਦਾ, ਉਹਦੇ 'ਚ ਵੀ ਉਹਦੇ 'ਚੋਂ ਸਹਾਇਤਾ ਦਿੰਦੇ ਹੁੰਦੇ, ਇਹ ਬੋਲੇ ਨਹੀਂ। ਹੁਣ ਪਾਰਲੀਮੈਂਟ ਵਿੱਚ ਅਸੀਂ, ਮੈਂ ਸਰਕਾਰ ਵੱਲੋਂ ਮੰਤਰੀ ਸੁਪਰੀਮ ਕੋਰਟ ਵਿੱਚ ਕੇਸ ਕੀਤਾ, ਜਲਦੀ ਉਹਦਾ ਫੈਸਲਾ ਵੀ ਹੋ ਜਾਣਾ। ਮੈਨੂੰ 2-3 ਬੰਦੇ ਤੁਹਾਡੇ ਪਿੰਡ ਦੇ ਹਿੰਮਤੀ ਜੇ, ਉਹ ਮਿਲਦੇ ਗਿਲਦੇ ਰਹਿਣ, ਜਿਹੜਾ ਵੀ ਲਿਆਉਂਗੇ ਵਾਰੀ ਸਰ ਉਸਨੂੰ ਨੇਪਰੇ ਚਾੜਦਾ ਜਾਊਂਗਾ, ਕੋਈ ਕੰਮ ਨਹੀਂ ਆਣ ਦਿੰਦੇ। ਜਦੋਂ ਤੁਸੀਂ ਸਰਕਾਰ ਬਣਾਈ ਹੈ ਤੇ ਸਰਕਾਰ ਦਾ ਕੰਮ ਹੈ ਲੋਕਾਂ ਦੇ ਕੰਮ ਕਰਨੇ,
ਪਰ ਉਹ ਪਹਿਲਾਂ ਕੋਈ ਕੋਟਾ ਪਰਮਿਟ ਲਿਆ ਨਹੀਂ ਅਤੇ ਹੁਣ ਨਹੀਂ ਲੈਂਦਾ। 30 ਸਾਲ ਦੀ ਮੇਰੀ ਸਿਆਸਤ ਹੈ, 1 ਰੁਪਈਏ ਦਾ ਇਲਜ਼ਾਮ ਨਹੀਂ ਲੱਗਿਆ। ਠੀਕ ਜੀ, ਜਾਇਦਾਦ ਦਾ ਕੋਈ ਬਾਲੀ ਨਹੀਂ, ਤੁਹਾਡੇ ਵਰਗਾ ਜ਼ਿਮੀਦਾਰ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚ ਗਏ ਨੇ। ਉਹ ਅੱਜ ਤੋਂ 2 ਦਿਨਾਂ ਦੇ ਪੰਜਾਬ ਦੌਰੇ ਤੇ ਨੇ। ਅੰਮ੍ਰਿਤਸਰ ਏਅਰਪੋਰਟ ਉੱਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਧਾਲੀਵਾਲ ਨੇ ਕਿਹਾ ਕਿ ਕੇਜਰੀਵਾਲ ਦੀ ਆਮਦ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਖੁਸ਼ ਨੇ। ਧਾਲੀਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਪਹੁੰਚਣ ਨਾਲ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ ਅਤੇ ਉਹਨਾਂ ਦੀ ਜਿੱਤ ਦੀ ਲੀਡ ਹੋਰ ਵੱਡੀ ਹੋਵੇਗੀ। ਦੱਸ ਦੇ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਪੰਜਾਬ ਵਿੱਚ ਪਹਿਲੀ ਵਾਰ ਰੈਲੀ ਕਰ ਰਹੇ ਨੇ। ਇਸ ਮੌਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿੱਚ ਵੀ ਅੱਜ ਮੱਥਾ ਟੇਕਿਆ। ਬਹੁਤ ਅੱਛਾ ਵਰਕਾਂ ਦੇ ਵਿੱਚ ਕਿੰਨਾ ਫਰਕ ਪਊਗਾ ਫੇਰ ਤੋਂ ਆ ਕੇ ਸਿੱਧੇ ਇੱਧਰ ਹੀ ਆ ਰਹੇ। ਹਾਂ, ਅੱਜ ਪੰਜਾਬ ਕੇ ਲੋਕ ਬਹੁਤ ਖੁਸ਼ ਹੈ, ਅੰਮ੍ਰਿਤਸਰ ਕੇ ਲੋਕ ਬਹੁਤ ਖੁਸ਼ ਹੈ। ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਉੱਤੇ ਹਰ ਰੋਜ਼ ਹਜ਼ਾਰਾਂ ਲੋਕ ਰਿਟਰੀਟ ਸਮਾਰੋਹ ਵੇਖਣ ਲਈ ਪਹੁੰਚਦੇ ਨੇ। ਇਸ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਿਕ ਮੌਸਮ ਵਿੱਚ ਆਈ ਤਬਦੀਲੀ ਦੇ ਚੱਲਦਿਆਂ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ। ਦੱਸ ਦਈਏ ਕਿ ਪਹਿਲਾਂ ਰਿਟਰੀਟ ਸਮਾਰੋਹ ਦਾ ਸਮਾਂ ਸ਼ਾਮ 5:30 ਵਜੇ ਦਾ ਸੀ, ਜਿਸ ਵਿੱਚ ਤਬਦੀਲੀ ਲਿਆਉਂਦਿਆਂ ਹੁਣ ਇਹ ਸਮਾਂ ਸ਼ਾਮ ਦੇ 6 ਵਜੇ ਕੀਤਾ ਗਿਆ। ਦੱਸ ਦਈਏ ਕਿ ਪੂਰੇ ਦੇਸ਼ ਤੋਂ ਲੋਕ ਰਿਟਰੀਟ ਸੈਰੇਮਨੀ ਦੇਖਣ ਲਈ ਅਟਾਰੀ ਵਾਹਗਾ ਸਰਹੱਦ ਉੱਤੇ ਪਹੁੰਚਦੇ ਨੇ। ਭਾਰਤ ਦੇ ਚੀਫ਼ ਜਸਟਿਸ DY ਚੰਦਰਚੂੜ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ 7,50,000 ਮਾਮਲਿਆਂ ਦੀ ਸੁਣਵਾਈ ਕੀਤੀ ਹੈ ਅਤੇ 1,50,000 ਤੋਂ ਵੱਧ ਮਾਮਲੇ ਆਨਲਾਈਨ ਦਾਇਰ ਕੀਤੇ ਗਏ ਨੇ। ਉਹਨਾਂ ਕਿਹਾ ਕਿ ਇਹ ਸਭ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਟੈਕਨੋਲੋਜੀ ਨੇ ਨਿਆਂਪਾਲਿਕਾ ਸਮੇਤ ਕਾਨੂੰਨ ਅਤੇ ਇਨਫੋਰਸਮੈਂਟ ਏਜੰਸੀਆਂ ਵਿਚਾਲੇ ਨਵੇਂ ਆਯਾਮ ਪੈਦਾ ਕੀਤੇ ਨੇ। ਡਿਜੀਟਲ ਤਬਦੀਲੀ ਅਤੇ ਨਿਆਂਇਕ ਕੁਸ਼ਲਤਾ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ ਵਿਸ਼ੇ ਉੱਤੇ ਰਿਓਡੀਜਨੇਰੀਓ ਵਿੱਚ ਆਯੋਜਿਤ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ CJI ਨੇ ਭਾਰਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਆਨਲਾਈਨ ਮਾਧਿਅਮ ਰਾਹੀਂ ਸੁਣਵਾਈ ਨੇ ਸੁਪਰੀਮ ਕੋਰਟ ਤੱਕ ਪਹੁੰਚ ਨੂੰ ਲੋਕਤੰਤਰਿਕ ਬਣਾ ਦਿੱਤਾ ਹੈ। G20 ਸਰਵਉੱਚ ਅਦਾਲਤਾਂ ਦੇ ਜਾਂ G20 ਦੇਸ਼ਾਂ ਦੀਆਂ ਸੰਵਿਧਾਨਿਕ ਅਦਾਲਤਾਂ ਦੇ ਮੁਖੀਆਂ ਦਾ ਇੱਕ ਸੰਮੇਲਨ ਹੈ ਅਤੇ ਬ੍ਰਾਜ਼ੀਲ ਦੀ G20 ਦੀ ਪ੍ਰਧਾਨਗੀ ਵਿੱਚ ਇਸ ਸਾਲ ਇਸ ਦਾ ਆਯੋਜਨ ਬ੍ਰਾਜ਼ੀਲ ਦੀ ਸੰਘੀ ਸੁਪਰੀਮ ਕੋਰਟ ਵੱਲੋਂ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਆਸੀ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਸਿੰਗਰਾਂ ਨਾਲ ਜੁੜੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਦੇ ਹੋਏ ਸਰਕਾਰ ਨੂੰ ਪਾਰਟੀਆਂ, ਸੰਸਥਾਵਾਂ ਅਤੇ ਹੋਰਾਂ ਤੋਂ ਇਸ ਦੇ ਖਰਚੇ ਵਸੂਲਣ ਦਾ ਸੁਝਾਅ ਦਿੱਤਾ ਹੈ। ਪੰਜਾਬ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਵਿੱਚ ਹਾਈਕੋਰਟ ਨੇ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਚੰਡੀਗੜ੍ਹ ਨੂੰ ਧਿਰ ਬਣਾਇਆ ਅਤੇ ਨੋਟਿਸ ਜਾਰੀ ਕਰਕੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ। ਦਰਅਸਲ ਪੰਜਾਬ ਵਿੱਚ ਸਿਆਸੀ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਮਨੋਰੰਜਨ ਜਗਤ ਨਾਲ ਜੁੜੇ ਹੋਏ ਲੋਕਾਂ ਵੱਲੋਂ ਜਾਨ ਨੂੰ ਖਤਰਾ ਦੱਸਦੇ ਹੋਏ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮੰਗੀ ਜਾਂਦੀ ਹੈ ਅਤੇ ਇਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਇਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਨੂੰ ਝੁਕਣਾ ਪੈਂਦਾ ਹੈ। ਹੁਣ ਹਾਈਕੋਰਟ ਨੇ ਸਖ਼ਤ ਹੁਕਮ ਜਾਰੀ ਕੀਤੇ ਨੇ ਕਿ ਅਜਿਹੇ ਮਾਮਲਿਆਂ ਵਿੱਚ VIP ਅਤੇ VVIPs ਤੋਂ ਹੀ ਸੁਰੱਖਿਆ ਦਾ ਖਰਚਾ ਵਸੂਲਿਆ ਜਾਵੇ। ਅਦਾਲਤ ਨੇ ਕਿਹਾ ਕਿ ਪਹਿਲਾਂ ਹੀ ਸਪਸ਼ਟ ਕੀਤਾ ਜਾਣਾ ਚਾਹੀਦਾ ਕਿ ਕਿਹਨਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਕਿਉਂ ਦਿੱਤੀ ਜਾ ਰਹੀ ਹੈ। ਇਹਨਾਂ ਲੋਕਾਂ ਨੂੰ ਸੁਰੱਖਿਆ ਦੇਣ ਤੋਂ ਪਹਿਲਾਂ ਕੁਝ ਸ਼ਰਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਅਤੇ ਜੇਕਰ ਇਹ ਇਹਨਾਂ ਸ਼ਰਤਾਂ ਉੱਤੇ ਖਰੇ ਉਤਰਦੇ ਨੇ ਤਾਂ ਹੀ ਇਹਨਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ। ਹਾਈਕੋਰਟ ਦੇ ਜੱਜ ਹਰਕੇਸ਼ ਮਨੂਜਾ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਅੰਮ੍ਰਿਤਸਰ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹਨਾਂ BJP ਉੱਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ BJP ਕਿਸਾਨ ਅੰਦੋਲਨ ਨੂੰ ਤਾਰਪੀੜੋ ਕਰਨ ਲਈ ਸਾਜ਼ਿਸ਼ਾਂ ਘੜ ਰਹੀ ਹੈ, ਜਿਸ ਲਈ ਬੇਲੋੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਹਨੇ ਕਿਹਾ ਕਿ ਕਿਸਾਨ ਆਗੂ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕਰਦੇ। ਉਹਨੇ ਕਿਹਾ ਕਿ BJP ਨੇ ਕਿਸਾਨਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਰਕੇ ਕਿਸਾਨ ਉਸ ਦੇ ਖਿਲਾਫ਼ ਨੇ। ਲਗਭਗ ਜਦੋਂ ਵੀ ਪਿੰਡਾਂ 'ਚ ਇਹ ਮੀਟਿੰਗਾਂ ਕਰ ਰਹੇ ਨੇ
ਔਰ ਜਦੋਂ ਮੀਟਿੰਗਾਂ ਕਰ ਰਹੇ ਨੇ ਤੇ ਅੰਦਰ ਬਾਹਰ ਤਾਂ ਨਹੀਂ ਬੋਲ ਰਹੇ, ਨਾ ਸਪਸ਼ਟ ਵਿੱਚ ਕਿਸੇ ਪ੍ਰੈਸ ਕਾਨਫਰੰਸ 'ਚ ਗੱਲ ਕਰ ਰਹੇ ਆ, ਨਾ ਓਪਨ ਕਿਸੇ ਮੀਡੀਆ 'ਚ ਗੱਲ ਕਰ ਰਹੇ ਆ, ਨਾ ਜਿੱਥੇ ਮੀਡੀਆ ਹੁੰਦਾ ਜਾਂ ਜਨਤਕ ਗੱਲਬਾਤ ਹੁੰਦੀ ਆ ਉੱਥੇ ਗੱਲ ਕਰ ਰਹੇ ਆ। ਅੰਦਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਉਹਨਾਂ ਵਿੱਚ ਲੋਕਾਂ ਵਿੱਚ ਪਰਸੈਪਸ਼ਨ ਬਣਾਉਣ ਦੀ ਯਤਨ ਹੋ ਰਹੇ ਆ ਵੀ ਸਾਡੀ ਤਾਂ ਸਾਰੇ ਆਗੂਆਂ ਨਾਲ, ਮੋਰਚੇ ਦੇ ਆਗੂਆਂ ਨਾਲ ਗੱਲਬਾਤ ਹੋ ਰਹੀ ਆ, ਔਰ ਲਗਭਗ ਜਿਵੇਂ ਉਹਨਾਂ ਦਾ ਵੀ ਅਸੀਂ ਮੋਰਚਾ ਲਗਭਗ ਖਤਮ ਹੀ ਕਰਵਾ ਲੈਣਾ ਹੈਗਾ। ਔਰ ਫਿਰ ਜਦੋਂ ਸਧਾਰਨ ਕਿਸਾਨ, ਸਧਾਰਨ ਬੰਦੇ ਉਹਨਾਂ ਦੀਆਂ ਮੀਟਿੰਗਾਂ 'ਚ ਆਉਂਦੇ ਆ ਜਿਹੜੀਆਂ ਉਹਨਾਂ ਦੀਆਂ ਕਿਤੇ ਘਰਾਂ 'ਚ ਹੁੰਦੀਆਂ, ਉਹਨਾਂ ਦੇ ਮਨਾਂ 'ਚ ਮੋਰਚੇ ਪ੍ਰਤੀ, ਕਿਸਾਨ ਆਗੂਆਂ ਪ੍ਰਤੀ, ਕਿਸਾਨ ਆਗੂਆਂ ਦੇ ਕਿਰਦਾਰ 'ਤੇ ਜਦੋਂ ਉਂਗਲ ਚੱਕੀ ਜਾਂਦੀ ਆ ਉਹ ਸ਼ੱਕ ਸ਼ੁਬਾ ਹੁੰਦਾ ਵਾ, ਔਰ ਉਹਦੇ ਨਾਲ ਜਿਹੜਾ ਸਾਡਾ ਮੋਰਚਾ ਚੱਲਦਾ ਉਹਨੂੰ ਠੇਸ ਪਹੁੰਚਦੀ ਹੈਗੀ ਆ। ਤੋ ਅਸੀਂ ਤਾਂ ਚਾਹਵਾਂਗੇ ਵੀ ਵਾਕਿਆ ਜੇ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਸਾਬਕਾ ਐਮ ਐਲ ਏ ਰਹੇ ਨੇ, ਉਹ ਬੇਅੰਤ ਸਿੰਘ ਸਰਕਾਰ ਦੇ ਵਿੱਚ ਐਮ ਐਲ ਏ ਬਣੇ ਸੀ, ਕਾਂਗਰਸ ਦੀ ਟਿਕਟ ਤੋਂ ਵੀ ਮਜੀਠੇ 'ਚ ਲੜੇ ਸੀ, ਜਿੱਤ ਨਹੀਂ ਸੀ ਸਕੇ ਹੈਗੇ, ਔਰ ਉਹ ਜਦੋਂ ਕਾਂਗਰਸ ਸੀ ਉਦੋਂ ਕਾਂਗਰਸ ਦੇ ਨਾਲ ਸੀਗੇ, ਫਿਰ ਅਕਾਲੀ ਦਲ ਦੇ ਵਿੱਚ ਵੀ ਰਹੇ ਆ, ਤਾਂ ਹੁਣ ਤਾਜ਼ਾ ਤਾਜ਼ਾ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈਗੀ ਆ ਇਸ ਵੇਲੇ। ਤਾਂ ਸਾਡਾ ਦੂਜਾ ਵੀ ਉਹ ਇਸ ਕਰਕੇ ਉਹ ਸਪਸ਼ਟ ਕਰਨ, ਜੇ ਵਾਕਿਆ ਹੀ ਉਹਨਾਂ ਕੋਲ ਕੋਈ ਸਬੂਤ ਹੈਗੇ ਆ ਤਾਂ ਉਹ ਸਗੋਂ ਪ੍ਰੈਸ ਦੇ ਵਿੱਚ ਆਉਣ, ਆਪਣੀ ਗੱਲ ਨੂੰ ਭਾਜਪਾ ਦੇ ਵੱਡੇ ਲੀਡਰਾਂ ਨੂੰ ਨਾਲ ਲੈ ਕੇ ਜਨਤਕ ਕਰਨ ਵੀ ਕਿਹੜੇ ਕਿਹੜੇ ਆਗੂਆਂ ਨਾਲ ਉਹਨਾਂ ਦੀ ਗੱਲ ਹੋਈ ਆ ਅਤੇ ਕਿੰਨਾ ਕਿੰਨਾ ਕਿਸੇ ਨੇ ਪੈਸਾ ਮੰਗਿਆ ਹੈਗਾ। ਤੋ ਜੇਕਰ ਉਹਨਾਂ ਦੀ ਗੱਲ ਇਹ ਝੂਠੀ ਹੈਗੀ ਆ, ਜੇ ਉਹ ਝੂਠੇ ਇਲਜ਼ਾਮ ਲਾ ਰਹੇ ਨੇ, ਤਾਂ ਅਸੀਂ KMM ਦੇ ਵਿੱਚ ਤਾਂ SKM ਨੋਨ ਪੋਲੀਟੀਕਲ ਦੇ ਵਿੱਚ ਇਹ ਏਜੰਡਾ ਵਿਚਾਰਾਂਗੇ, ਔਰ ਨਿੱਜੀ ਤੌਰ 'ਤੇ ਹੀ ਉਹਨਾਂ ਨੂੰ ਭਾਈ 5-6 ਦਿਨ ਦਾ ਸਮਾਂ ਵਾ, ਉਹ ਜ਼ਰੂਰ ਸਥਿਤੀ ਨੂੰ ਸਪਸ਼ਟ ਕਰਨ। ਭਾਜਪਾ ਉਹਨਾਂ ਦੀ ਪਾਰਟੀ ਆ, ਉਹਨਾਂ ਦੀ ਕੇਂਦਰ 'ਚ ਸਰਕਾਰ ਆ, ਉਹ ਸਾਰੀ ਸਥਿਤੀ ਨੂੰ ਸਪਸ਼ਟ ਕਰਨ ਵੀ ਸੱਚਾਈ ਹੈ ਕੀ ਆ, ਨਹੀਂ ਤਾਂ ਫਿਰ ਅਸੀਂ ਅਗਲੀਆਂ ਆਪਸ਼ਨਾਂ ਕਿ ਆਪਣੀ ਜਥੇਬੰਦੀ 'ਚ ਆਪਣੇ ਮੋਰਚੇ 'ਚ ਵਿਚਾਰ ਕੇ ਅਗਲੀ ਕਾਰਵਾਈ ਵਾਲੇ ਪਾਸੇ ਵਧਾਂਗੇ। ਔਰ ਦੂਸਰਾ ਜਿਹੜਾ ਹੁਣ ਕੱਲ੍ਹ ਆਪਣਾ ਆਪਣੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ, ਜਿਹੜੀ ਉਹਨਾਂ ਨੇ ਕੱਲ੍ਹ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਆ, ਜੋ ਕੁਝ ਉਹ ਬੋਲ ਕੇ ਗਏ ਨੇ ਵੀ ਜਿਵੇਂ ਜਿਵੇਂ ਹੁਣ ਪੂਰੇ ਦੇਸ਼ ਦੇ ਵਿੱਚ ਭਾਜਪਾ ਨੂੰ ਜੋ ਕੁਝ ਉਹਨਾਂ ਨੇ ਜ਼ੁਲਮ ਢਾਏ ਆ ਸਾਡੇ ਨਾਲ ਪੂਰੇ 13 ਫਰਵਰੀ ਤੋਂ ਬਾਅਦ, ਉਹ ਜਦੋਂ ਅਸੀਂ ਸਾਰੀ ਦੁਨੀਆ 'ਚ ਗੱਲ ਲੈ ਕੇ ਗਏ, ਅੱਜ ਤੁਹਾਡੇ ਸਾਹਮਣੇ ਵੀ ਕਹਿੰਦੇ ਹਾਂ, ਨਾ ਕਿਸੇ ਪਾਰਟੀ ਦਾ ਸਮਰਥਨ ਕਰਦੇ ਹਾਂ, ਨਾ ਕਿਸੇ ਨੂੰ ਕਹਿੰਦੇ ਵੀ ਫਲਾਣੇ ਨੂੰ ਵੋਟ ਪਾਓ ਅਤੇ ਫਲਾਣੇ ਨੂੰ ਵੋਟ ਨਾ ਪਾਓ, ਅਸੀਂ ਤਾਂ ਇਹ ਦੱਸਦੇ ਹਾਂ ਵੀ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਵੀ ਕਿਹੜਾ ਕੰਮ ਕੀਤਾ ਵਾ, ਜਿਹੜੀ ਸਰਕਾਰ ਦਾਅਵਾ ਕਰਦੀ ਆ ਵੀ ਅਸੀਂ ਕਿਸਾਨਾਂ ਵਾਸਤੇ ਆਹ ਕੀਤਾ, ਜਦੋਂ ਮੋਦੀ ਸਾਹਿਬ ਆਏ ਉਹਨਾਂ ਦਾ ਇਹ ਵਾਅਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ, ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ C250 ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ, ਦੂਜੀ ਟਰਮ ਦੇ ਵਿੱਚ ਆਮਦਨ ਦੁੱਗਣੀ ਕਰਨ ਦਾ ਉਹਨਾਂ ਦਾ ਵਾਅਦਾ ਸੀ, ਜਿਹੜੀ ਚਿੱਠੀ ਲਿਖੀ ਸੀ ਕਿਸਾਨ ਲੀਡਰਾਂ ਨੂੰ ਉਹਦੇ 'ਚ MSP ਲੀਗਲ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਸੀ, ਬਿਜਲੀ ਬਿੱਲ ਕਹਿੰਦੇ ਸੀ ਖਪਤਕਾਰਾਂ ਨੂੰ ਪੁੱਛ ਕੇ ਬਾਅਦ 'ਚ ਲਿਆਂਦਾ ਜਾਊ, ਪਰ ਹੁਣ ਉਹ ਬਿਜਲੀ ਬਿੱਲ ਬਣਾ ਦਿੱਤਾ ਗਿਆ ਜਿਹੜਾ ਨਿੱਜੀਕਰਨ ਦਾ ਹੈਗਾ। ਤੋ ਅਸੀਂ ਤਾਂ ਦੇਸ਼ ਸਾਹਮਣੇ ਜਾਂ ਲਖੀਮਪੁਰ ਖੀਰੀ ਕਾਂਡ ਦਾ ਸਾਨੂੰ ਇਨਸਾਫ਼ ਨਹੀਂ ਦਿੱਤਾ ਗਿਆ, ਉਹ ਗੱਲਾਂ ਅਸੀਂ ਦੇਸ਼ ਦੇ ਸਾਹਮਣੇ ਰੱਖੀਆਂ ਔਰ ਅੰਦੋਲਨ ਸ਼ੁਰੂ ਕੀਤਾ ਹੈਗਾ। ਹੁਸ਼ਿਆਰਪੁਰ ਦੇ ਭੰਗੀ ਚੋ ਨਜ਼ਦੀਕ ਇੱਕ ਨੌਜਵਾਨ ਵੱਲੋਂ ਦਰਖਤ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ, ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਫਿਲਹਾਲ ਅਜੇ ਤੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨ ਸਾਹਮਣੇ ਨਹੀਂ ਆ ਸਕੇ, ਪੁਲਿਸ ਵੱਲੋਂ ਲਾਸ਼ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰਖਵਾਈ ਗਈ ਹੈ।
ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਫਲਾਈਓਵਰ ਉੱਤੇ ਅੱਜ ਇੱਕ ਤੇਜ਼ ਰਫ਼ਤਾਰ ਸਵਿਫਟ ਗੱਡੀ ਨੇ ਸਕੂਟੀ ਮੋਟਰਸਾਈਕਲ ਅਤੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 5 ਲੋਕ ਗੰਭੀਰ ਜ਼ਖਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਵਿਫਟ ਗੱਡੀ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਓਵਰ ਸਪੀਡ ਕਾਰਨ ਸਵਿਫਟ ਗੱਡੀ ਨੇ ਇਸ ਹਾਦਸੇ ਨੂੰ ਅੰਜਾਮ ਦਿੱਤਾ। ਸਵਿਫਟ ਗੱਡੀ ਚਾਲਕ ਅਤੇ ਉਸਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜ਼ਖਮੀ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਅਤੇ ਟ੍ਰੈਫਿਕ ਲਈ ਰਸਤਾ ਖੁਲਵਾਇਆ ਗਿਆ। ਕੋਲੋਂ ਉਤਰਨ ਡੇ ਥੱਲੇ ਗੱਡੀ 'ਤੇ ਸੀਗਾ ਮੈਂ, ਉਹ ਅੱਗੋਂ ਕਾਰ ਆਈ, ਕਾਰ ਵਾਲੇ ਨੇ ਓਵਰਟੇਕ ਕਰਨ ਗਿਆ, ਪਹਿਲਾਂ ਮੋਟਰਸਾਈਕਲ ਨੂੰ ਕਰਤਾ ਦਿੱਤਾ, ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰੇ। ਹਾਂਜੀ, ਦੌੜ ਗਏ, ਆਪ ਦਾਰੂ ਪੀਤੀ। ਹਾਂ, ਤਿੰਨ ਜਨਾਨੀਆਂ ਸੀ ਇਹਦੇ ਵਿੱਚ, ਤਿੰਨ ਦੋ ਜਣੇ ਸੀ। ਹਾਂਜੀ, ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਹੱਕ ਵਿੱਚ ਵੱਡੇ ਵੱਡੇ ਦਾਅਵੇ ਕਰਦਿਆਂ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ, ਪਰ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਅੰਮ੍ਰਿਤਸਰ ਦੇ ਟੀ ਵੀ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਰੋਂਦੇ ਹੋਏ ਵੇਖਿਆ ਗਿਆ ਅਤੇ ਸਰਕਾਰ ਨੂੰ ਉਹ ਕੋਸਦੇ ਹੋਏ ਨਜ਼ਰ ਆਏ। ਦੂਜੇ ਪਾਸੇ ਹਸਪਤਾਲ ਦੇ ਅਧਿਕਾਰੀ ਨੇ ਕਿਹਾ ਕਿ ਇੱਥੇ ਦਵਾਈਆਂ ਦਾ ਸਟਾਕ ਖਤਮ ਹੋ ਗਿਆ ਸੀ ਅਤੇ ਹੋਰ ਦਵਾਈਆਂ ਖਰੀਦੀਆਂ ਗਈਆਂ ਨੇ ਜੋ ਜਲਦ ਹੀ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਨਹੀਂ, ਟੀ ਬੀ ਦੀ ਦਵਾਈ ਜਿਹੜੀ ਹੈ ਸ਼ੋਰਟੇਜ ਸੀਗੀ, ਉਹ ਅਸੀਂ ਖਰੀਦ ਲਈ ਹੈ, ਅਤੇ ਦਵਾਈ ਆ ਗਈ ਹੈ। ਠੀਕ ਹੈ, ਦਵਾਈ ਹੁਣ ਮਿਲਣੀ ਸ਼ੁਰੂ ਹੋ ਜਾਏਗੀ ਸਾਰਿਆਂ ਨੂੰ। ਪਰ ਤੁਹਾਡਾ ਮੈਡੀਕਲ ਦੇ ਸਟੋਰ 'ਤੇ ਬੈਠਾ ਹੋਇਆ, ਉਹ ਕਹਿੰਦਾ ਬਾਹਰੋਂ ਜਾ ਕੇ ਪੁਰਾਣੇ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ, ਕੋਈ ਦਵਾਈ ਨਹੀਂ। ਔਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਾਣ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ, ਜਿਹੜੇ ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ। ਨਹੀਂ, ਇੱਦਾਂ ਕੋਈ ਨਹੀਂ ਹੈ, ਅਸੀਂ ਕਿਸੇ ਨਾਲ ਕਦੇ ਵੀ ਭੇਦਭਾਵ ਨਹੀਂ ਕਰਦੇ। ਠੀਕ ਹੈ, ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ, ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕਨਫਰਮ ਕੀਤਾ। ਠੀਕ ਹੈ, ਔਰ ਦਵਾਈ ਮਿਲਣੀ ਸ਼ੁਰੂ ਹੋ ਜਾਏਗੀ ਹੁਣ ਤੋਂ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦਿਆਂ ਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।